ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ 'ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਕੱਲ੍ਹ ਵਾਲੇ ਬਲੌਗ ਦਾ ਦੂਜਾ ਪਾਰਟ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇੱਥੇ ਸਾਗ ਮੈਂ ਜਿਹੜਾ ਪਾਤਾ ਸੀ ਪਤੀਲੇ ਦੇ ਵਿੱਚ, ਜਿੱਥੇ ਸਾਗ ਆਪਾਂ ਚੀਰਿਆ ਸੀ ਉੱਥੇ ਕਾਫੀ ਜ਼ਿਆਦਾ ਫਿਰ ਤੁਹਾਨੂੰ ਪਤਾ ਖਲਾਰਾ ਪੈ ਜਾਂਦਾ, ਫਿਰ ਝਾੜੂ ਲਾਇਆ ਮੈਂ, ਝਾੜੂ ਲਾ ਕੇ ਸਾਰਾ ਸਾਈਡ 'ਤੇ ਕਰਕੇ ਕੂੜਾ ਚੱਕਿਆ ਅਤੇ ਫਿਰ ਉਸ ਤੋਂ ਬਾਅਦ ਆਪਾਂ ਮਸ਼ੀਨ ਧੋਵਾਂਗੇ। ਅਤੇ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਓ, ਐਂਡ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਦੇ ਕੇ ਜਾਇਆ ਕਰੋ, ਜ਼ਰੂਰ ਜ਼ਰੂਰ ਕਮੈਂਟ ਕਰਿਆ ਕਰੋ। ਰਿਕੁਐਸਟ ਹੈ ਮੇਰੀ ਤੁਹਾਡੇ ਅੱਗੇ, ਬਹੁਤ ਵਧੀਆ ਲੱਗਦਾ ਹੈ ਨਾ ਕਮੈਂਟ ਤੁਹਾਡੇ ਪੜ੍ਹ ਕੇ। ਅਤੇ ਇੱਥੇ ਮੈਂ ਮਸ਼ੀਨ ਧੋਊਂਗੀ ਤਾਂ ਪੈਪ ਆਪਾਂ ਨੇ ਧੁੱਪ ਬਹੁਤ ਸੀਗੀ, ਸਾਗ ਇੱਥੇ ਹੀ ਧੋਤਾ ਸੀ ਪੈਪ ਲਾ ਕੇ, ਪੈਪ ਫਿਰ ਚੱਕਿਆ ਹੀ ਨਹੀਂ ਸੀਗਾ। ਇੱਕ ਤਾਂ ਇਹ ਪੈਪ ਦੇ ਵਿੱਚ ਪਾਣੀ ਹੁੰਦਾ ਹੈ ਨਾ, ਅਤੇ ਇੱਕ ਪੈਪ ਭਾਰੀ ਹੁੰਦਾ। ਮੈਂ ਬੇਟੇ ਨੂੰ ਕਿਹਾ ਵੀ ਸੀ ਵੀ ਚੱਕ ਦੇ, ਬਟ ਉਹਨੇ ਮੇਰੀ ਸੁਣੀ ਨਹੀਂ, ਚੱਕਿਆ ਨਹੀਂ, ਨਿਆਣੇ ਕਿੱਥੇ ਸੁਣਦੇ, ਆਪਦੇ ਕਿਸੇ ਕੰਮ 'ਚ ਲੱਗਿਆ ਪਿਆ ਸੀ। ਅਤੇ ਫਿਰ ਮੈਂ ਪੈਪ ਇਕੱਠਾ ਕਰਕੇ ਇੱਕ ਸਾਈਡ 'ਤੇ ਸਿੱਟਤਾ, ਚੱਕਿਆ ਤਾਂ ਮੈਂ ਵੀ ਨਹੀਂ ਗਾ, ਇਕੱਠਾ ਕਰਿਆ ਸੀ ਵੀ ਚਾਹ ਇਹਨੂੰ ਟੂਟੀ ਤੋਂ ਲਾ ਕੇ, ਪਰ ਇਹ ਟੰਗਣਾ ਮੇਰਾ ਵੀ ਫਰਜ਼ ਸੀ, ਮੈਂ ਵੀ ਉੱਥੇ ਸੁੱਟਦਾ। ਟੰਗ ਤਾਂ ਦਿੰਦੀ ਬਟ ਇਹ ਭਾਰਾ ਹੁੰਦਾ, ਕਾਫੀ ਭਾਰਾ ਪੈਪ ਆ, ਮੇਰੇ ਤੋਂ ਖਾਲੀ ਵੀ ਨਹੀਂ ਚੱਕਿਆ ਜਾਂਦਾ। ਹੁਣ ਤਾਂ ਇਹਦੇ ਵਿੱਚ ਫਿਰ ਵੀ ਪਾਣੀ ਸੀਗਾ ਅਤੇ ਮੈਂ ਨਾਲ ਹੀ ਧੋ ਦੂੰਗੀ। ਇਹ ਪਟਕੀ ਜੀ ਸੀਗੀ ਇੱਕ, ਮੈਨੂੰ ਲੱਭੇ ਨਹੀਂ, ਇੱਕ ਥੈਲਾ ਚੀਨੀ ਵਾਲਾ ਸੀ ਜਿਹਦੇ ਉੱਤੇ ਮੈਂ ਸਾਗ ਚੀਰਿਆ। ਬਸ ਹੁਣ ਇਹ ਸਾਰਾ ਸਿਆਲ ਪਰਮਾਨੈਂਟਲੀ ਹੋ ਜਾਣੇ ਆ ਸਾਗ ਚੀਰਨ ਵਾਸਤੇ, ਨਾਲ ਦੀ ਨਾਲ ਧੋ ਦੇ ਤਾਂ ਵਧੀਆ ਰਹਿੰਦਾ, ਨਹੀਂ ਤਾਂ ਫਿਰ ਖਲਾਰਾ ਪੈ ਜਾਂਦਾ, ਨਾਲੇ ਸਾਗ ਆ ਜਿਹੜਾ ਉੱਪਰ ਸੁੱਕ ਜਾਂਦਾ ਆ, ਫਿਰ ਲਹਿੰਦਾ ਨਹੀਂ ਗਾ। ਮੈਂ ਸਾਗ ਚੀਰ ਕੇ ਪਤੀਲੇ ਵਿੱਚ ਪਾ ਕੇ, ਲੂਣ ਪਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਧੋਣ ਲੱਗ ਗਈ ਸੀਗੀ, ਨਹੀਂ ਲੂਣ ਬਾਅਦ 'ਚ ਪਾਇਆ ਸੀ, ਲੂਣ ਪਾ ਕੇ ਅੱਗ ਬਲ ਕੇ ਆ ਗਈ ਸੀ। ਅਤੇ ਫਿਰ ਮੈਂ ਇਹਨਾਂ ਨੂੰ ਧੋ ਕੇ ਸੁੱਕਣੇ ਪਾਤਾ, ਕਿਉਂਕਿ ਇਹਨਾਂ ਦੇ ਵਿੱਚ ਹੋਰ ਤਾਂ ਕੁਛ ਨਹੀਂ ਸੀ ਲੱਗਿਆ, ਪਾਣੀ ਸੀ ਕੱਢ ਕੇ ਸੁੱਕਣੇ ਪਾਤਾ ਸੀ, ਸਾਫ਼ ਸੁਥਰੇ ਸੀਗਾ। ਮਿੰਟ 10 ਵੀ ਨਹੀਂ ਸੀ, ਇਹ ਦੋਨੋਂ ਚੀਜ਼ਾਂ ਤਿੰਨੇ ਚੀਜ਼ਾਂ ਯੂਜ਼ ਕੀਤੀਆਂ, 10 ਕੁ ਮਿੰਟ ਦਾ ਮਿੰਟ ਇਹਨਾਂ ਦਾ ਕੰਮ ਹੁੰਦਾ। ਜਦੋਂ ਹੀ ਧੋਤੇ ਜਾਣ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਫਿਰ ਇਹ ਘੰਟਾ ਲੈ ਲੈਂਦੇ ਆ, ਸਾਗ ਸੁੱਕ ਜਾਂਦਾ ਫਿਰ ਲੈਂਦਾ ਨਹੀਂ ਗਾ। ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਫੁੱਲ ਵਾਚ ਕਰਕੇ ਫਿਰ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਦਿਆ ਕਰੋ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਇਹ ਵੀ ਵਿੱਚ ਆਪਦਾ ਪਤਾ ਨਹੀਂ ਕੀ ਖਲਾਰਾ ਪਾਈ ਬੈਠੇ ਸੀਗੇ, ਸਾਈਕਲ ਉਹ ਕੀ ਆ ਰੇੜੇ ਦਾ ਟਾਇਰ ਜਿਹੜਾ ਚੇਂਜ ਕਰਦੇ ਸੀ ਉਹ ਟੁੱਟ ਗਿਆ ਸੀਗਾ ਨਾ, ਮੋਰਲਾ ਟਾਇਰ ਉਹਦਾ, ਉਹ ਨਵਾਂ ਲਿਆ ਕੇ ਇਹਨਾਂ ਨੇ ਉਹ ਕਰਿਆ ਸੀ, ਉਹਨੂੰ ਫਿੱਟ ਕਰਦੇ ਸੀਗੇ। ਬਹੁਤ ਜ਼ਿਆਦਾ ਇਹਨਾਂ ਨੇ ਰੌਲਾ ਪਾਇਆ, ਬਹੁਤ ਜ਼ਿਆਦਾ ਹੱਦੋਂ ਵੱਧ, 1000 ਦੇ ਆਉਣ ਤੋਂ ਬਾਅਦ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਰੌਲਾ ਚੱਕਿਆ। ਸਾਗ ਬਹੁਤ ਟੇਸਟੀ ਬਣਿਆ ਕਿਉਂਕਿ ਅਸੀਂ ਖਾ ਲਿਆ, ਇਹ ਵੀਡੀਓ 2 ਦਿਨ ਪਹਿਲਾਂ ਦੀ ਹੈ। ਬਹੁਤ ਟੇਸਟੀ ਸਾਗ ਬਣਿਆ, ਬਹੁਤ ਹੀ ਜ਼ਿਆਦਾ, ਹਾਲੇ ਵੀ ਹੈਗਾ ਆਪਣੇ ਕੋਲ ਪਿਆ ਥੋੜ੍ਹਾ ਜਿਹਾ, ਤੜਕ ਕੇ ਖਾਵਾਂਗੇ, ਫ੍ਰਿਜ 'ਚ ਲਾਇਆ ਹੋਇਆ। ਅਤੇ ਜੁੜੇ ਰਿਹੋ ਬਲੌਗ ਦੇ ਨਾਲ ਐਂਡ ਤੱਕ। ਹਾਲੇ ਤਾਂ ਸਾਗ ਦਾ ਸਾਰਾ ਪ੍ਰੋਸੈਸ ਪਿਆ, ਮੈਂ ਤਾਂ ਥੱਕ ਵੀ ਗਈ, ਬਸ ਹੋ ਗਈ ਮੇਰੀ ਤਾਂ। ਲੂਣ ਪਾ ਦਈਏ ਆਪਾਂ ਸਾਗ ਦੇ ਵਿੱਚ, ਅਦਰਕ ਲਿਆਂਦਾ ਹੋਰ,
ਹੁਣ ਤਾਂ ਹੈਗਾ ਕੀ ਲੈ ਕੇ ਟਮਾਟਰ ਹੈ ਨਾ ਉਹ ਤਾਂ ਹੈਗਾ ਬਰਤਨ ਜੋਗਾ ਤਾਂ ਹਾਲੇ ਤਾਂ ਹੈ ਤੇ ਕੱਲ ਨੂੰ ਜਾਣਾ ਫੇਰ ਮਕੜਮ ਅੱਜ ਤਾਂ ਜਿਆ ਆਪਣਾ ਟਾਈਮ ਹੋ ਗਿਆ ਥੈਂਕ ਯੂ ਫਾਰ ਯੂ ਵਾਟਰ ਵਾਟਰ ਨਹੀਂ ਲੱਸੀ ਜੇ ਅੰਦਰ ਇੱਥੇ ਰੱਖਿਓ ਇੱਥੇ ਓਟੇ ਤੇ ਰੱਖੋ ਇਹ ਮੱਖਣ ਨਹੀਂ ਆਉਣਾ ਇੱਥੇ ਕੋਲ ਹਾਂ ਤੇ ਅੱਜ ਵੀ ਨਹੀਂ ਆਇਆ ਮਸ਼ੀਨ ਨੂੰ ਲਾਇਆ ਚੱਲਦੀ ਹੋਈ ਨਹੀਂ ਸੀ ਚੰਗ ਪੈ ਗਈ ਕੀ ਬੋਲਿਆ ਕਰੋ ਇੰਨਾ ਭਾਰੀ ਬੈਗ ਮੈਨੂੰ ਫੜਾਤਾ ਆਏ ਹਾਏ ਸਾਗ ਪੰਗੇ ਨਾਲ ਤਿੱਖਾ 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 ਹੱਥ ਚ ਲੱਗੂ ਪੰਗੇਬਾਜ ਰਿੱਝ ਦਾ ਸਾਗ ਉਹ ਆਪਦਾ ਕੰਮ ਲੱਗਿਆ ਹੋਇਆ ਹੁਣ ਬੈਗ ਮੇਰੇ ਸਿਰਾਣੇ ਰੱਖ ਗਿਆ ਲਓ ਜੀ ਮੈਂ ਆ ਗਿਆ ਸਕੂਲ ਤੋਂ ਸਕੂਲੋਂ ਆ ਗਿਆ ਸਕੂਲ ਵਾਲੀ ਲਾਈਫ ਵੀ ਬਾਹਲੀ ਵਧੀਆ ਸੀਗੀ ਹੁਣ ਸਾਰਾ ਕੁਝ ਯਾਦ ਆਈ ਜਾਂਦਾ ਉਹ ਸਕੂਲ ਪਤਾ ਕੀ ਗੱਲ ਸੀਗੀ ਯਾਰ ਨੂੰ ਪ੍ਰੈਸ਼ਰ ਪਿਆ ਸੁਸੂ ਹੁਣ ਘਰੇ ਆ ਪਾਣੀ ਆ ਰੱਖਦਾ ਦੇਖੋ ਆ ਰੱਖਦਾ ਪਾਣੀ ਕਹਿੰਦਾ ਬੰਦ ਕਰਿਓ ਹਾਂਜੀ ਸਾਗ ਕੁੱਟੋਗੇ ਪੁੱਠਾ ਪੰਗਾ ਲੈ ਲਿਆ ਮੰਮੀਏ ਥੱਕ ਗਈ ਮੈਂ ਤਾਂ ਮੇਰੀ ਦੋ ਦਿਨ ਤੋਂ ਚੁੰਨੀ ਇੱਥੇ ਲਟਕਦੀ ਆ ਜੇ ਨਿਆਣਿਆਂ ਨੇ ਖਿੱਚ ਕੇ ਪਾੜਤੀ ਨੁਕਸਾਨ ਕਿਹਦਾ ਹੋਣਾ ਮੇਰਾ ਬੈਡ ਬੈਡ 'ਤੇ ਸਿੱਟਦੀ ਆ ਜਾਓ ਬੱਚੇ ਪਾਣੀ ਪੀ ਲਓ ਹਾਏ ਹਾਏ ਵੇ ਚਲੋ ਮੈਂ ਜਿਹਾ ਨੂੰ ਪਾਣੀ ਦੇ ਦਾ ਚਾਹ ਦੇ ਦਾ ਫਿਰ ਦੇਖਦੇ ਆ ਸਾਗ ਦਾ ਹਾਲ ਹੀਲਾ ਹਾਲੇ ਮੈਂ ਲਸਣ ਛਿੱਲਣਾ ਇਹ ਪੌੜੀ ਕਰ ਲਈ ਇੱਥੇ ਖੜੀ ਆ ਪੌੜੀ ਪੂੜੀ ਤਾਂ ਖਬਰ ਕੱਚਕ ਹੋਣੀ ਆ ਚੱਲ ਵਧੀਆ ਤੇਰੇ ਖੇਲਣ ਨੂੰ ਇੱਥੇ ਲੱਗੀ ਹੋਈ ਆ ਮੈਂ ਪਾਣੀ ਪੀ ਲਾ ਹੁਣ ਆਉਂਦਾ ਹੀ ਚਬੂਤਰੇ ਚੱਲ ਇੱਥੇ ਖੜ ਵੀ ਇੱਥੇ ਖੜ ਕੇ ਪਾਣੀ ਪੀ ਲਾ ਮੈਨੂੰ ਵੱਟ ਲੱਗੀ ਜਾਂਦਾ ਗਰਮੀ ਲੱਗਦੀ ਹੈ ਪੀ ਤਾਂ ਲੈ ਕਿਉਂ
ਦੱਸਣਾ ਕੁਝ ਦੱਸਣਾ ਇੱਕ ਨਹੀਂ ਦੱਸ ਇੱਕ ਨਹੀਂ ਦੱਸ ਇੱਕ ਨਹੀਂ ਦੱਸ ਇੱਕ ਨਹੀਂ ਦੱਸ ਕਿਵੇਂ ਆ ਮੈਨੂੰ ਨੀ ਪਤਾ ਇੰਨਾ ਗਿਆਨ ਨੀ ਆਪਾਂ ਨੂੰ ਇੰਨਾ ਗਿਆਨ ਆ ਵੀ ਇਹਨੂੰ ਨਾਰੀਅਲ ਪਾਣੀ ਕਹਿੰਦੇ ਨੇ ਇਹ ਬਿਮਾਰ ਬੰਦੇ ਲਈ ਹੁੰਦਾ ਤੇ ਘਰ ਦੇ ਵਿੱਚ ਫਿਰ ਸਾਰੀ ਪੂਰੀ ਫੈਮਿਲੀ ਪੀਂਦੀ ਆ ਆਇਆ ਕਿਹਦੇ ਲਈ ਆ ਮੰਮੀ ਲਈ ਆਇਆ ਜਹਾਰ ਦੇ ਕਾਸ਼ੇ ਜਹਾਰ ਦੇ ਕਾਸ਼ੇ ਲੱਗੇ ਹੋਏ ਆ ਫਰੂਟੀ ਦੇ ਵਿੱਚ ਕੀ ਹੁੰਦਾ ਖਾਲੀ ਰੰਗ ਘੋਲਿਆ ਹੋਇਆ ਉਹ ਉਹੋ ਜਿਹੀਆਂ ਜਹਾਰ ਨੂੰ ਭਾਵੇਂ ਜਿੰਨੀਆਂ ਮਰਜ਼ੀ ਦੇਈ ਜਾਓ ਨਾਲੇ ਹੁਣ ਤਾਂ ਕਦੇ ਆਪਾਂ ਖਾਸ ਕਰ ਫਰੂਟੀ ਪੀਤੀ ਵੀ ਨਹੀਂ ਝੱਗੀ ਹੋਰ ਬੜੀ ਪਾ ਲੈਣੀ ਸੀ ਚੱਲ ਪੀ ਕੇ ਤਾਂ ਦਿਖਾ ਦੇ ਪੀਨਾ ਮੈਨੂੰ ਵੀ ਦੇ ਦੇ ਘੁੱਟ ਮੈਂ ਹੋਲ ਜਿਹਾ ਕਰਨ ਲੱਗੇ ਮੈਂ ਤਾਂ ਡੁੱਲ ਗਈ ਮਾੜੇ ਤੇ ਦੇ ਦੇ ਮੈਂ ਕੰਮ ਕਰਨਾ ਮੈਂ ਤਾਂ ਸਾਗ ਤੇ ਲਿਆ ਕੇ ਦੇਖਣੀ ਤੂੰ ਦੇ ਦੇ ਇਤਨਾ ਭਾਰਾ ਨਹੀਂ ਪੂਰੀ ਹੱਦ ਤੱਕ ਰਿੱਝ ਗਿਆ ਅਤੇ ਹੁਣ ਉਹਦੇ ਵਿੱਚ ਆਪਾਂ ਪਾ ਦਈਏ ਲਸਣ ਪਿਆਜ਼ ਅਦਰਕ ਹਰੀਆਂ ਮਿਰਚਾਂ ਸਾਰਾ ਕੁਛ ਇਹਦੇ ਵਿੱਚ ਆ ਯਾਨੀ ਕਿ ਇੰਨਾ ਕੁ ਹੀ ਮਟੀਰੀਅਲ ਹੋ ਗਿਆ ਇਹਨੂੰ ਗ੍ਰੈਂਡ ਕਰਕੇ ਪਾਉਂਦੇ ਹਾਂ ਆਪਾਂ ਅਤੇ ਥੋੜ੍ਹੀ ਜਿਹੀ ਅੱਗ ਬਾਲ ਦਿੰਦੇ ਹਾਂ ਫਿਰ ਰਿੱਝ ਜੂਗਾ ਵਧੀਆ ਪਾਣੀ ਪੂਣੀ ਤਾਂ ਹੁਣ ਜੇ ਲੋੜ ਪਈ ਤਾਂ ਪਾਣੀ ਪਾ ਲਵਾਂਗੇ ਬਹੁਤ ਵਧੀਆ ਰਿੱਝ ਗਿਆ ਥੋੜ੍ਹੀ ਜਿਹੀ ਅੱਗ ਚਾਲ ਦਿੰਦੇ ਹਾਂ ਪਾ ਕੇ ਬਸ 10-15 ਕੁ ਮਿੰਟ ਇਹਨੂੰ ਥੋੜ੍ਹਾ ਜਿਹਾ ਰਿੰਨ ਕੇ ਫਿਰ ਆਪਾਂ ਕਰ ਲਵਾਂਗੇ ਆਲਣ ਪਾ ਦਾਂਗੇ ਪੇਸਟ ਬਣਾ ਲਿਆਂਦਾ
ਲਓ ਜੀ ਸਾਗ ਆਪਾਂ ਨੇ ਬਲੈਂਡਰ 'ਚ ਘੋਟ ਲਿਆ, ਪੂਰਾ ਉਹਨੂੰ ਗ੍ਰੈਂਡ ਕਰ ਲਿਆ ਅਤੇ ਹੁਣ ਇਹਦੇ ਵਿੱਚ ਆਪਾਂ ਨੇ ਆਟਾ ਰਲਾ ਦੇਣਾ ਆ। ਮੈਂ ਹੱਥ ਨਾਲ ਨਹੀਂ ਘੋਟਿਆ ਹੈਗਾ ਸਾਗ, ਹੱਥ ਨਾਲ ਤਾਂ ਨਹੀਂ ਘੋਟਿਆ ਕਿਉਂਕਿ ਫਿਰ ਤੁਹਾਨੂੰ ਪਤਾ ਆਪਾਂ ਬਿਮਾਰ ਆ ਅਤੇ ਸਾਗ ਖਾਣਾ ਵੀ ਜ਼ਰੂਰੀ ਆ, ਸਾਰਿਆਂ ਨੂੰ ਖਵਾਉਣਾ ਵੀ ਜ਼ਰੂਰੀ ਆ। ਸਮੈਲ ਬਹੁਤ ਵਧੀਆ ਆਉਂਦੀ ਆ ਅਤੇ ਅੱਗ ਵੀ ਮੈਂ ਇਹਦੇ ਵਿੱਚੋਂ ਜਮ੍ਹਾਂ ਘਟਾਤੀ ਅਤੇ ਆਟਾ ਲਿਆਂਦਾ। ਆਟਾ ਆਪਾਂ ਪਾ ਦਈਏ ਸਾਗ ਦੇ ਵਿੱਚ ਆਲਣ। ਲਓ ਜੀ ਪਾ ਦਈਏ ਆਲਣ। ਪੌਣੇ ਛੇ ਹੋ ਗਏ, ਪੌਣੇ ਦੋ ਵਜੇ ਦਾ ਸਾਗ ਧਰਿਆ, ਪੌਣੇ ਛੇ ਹੋ ਗਏ। ਦੁੱਧ ਸਵੇਰ ਰੱਖਿਆ ਸੀ ਆਪਾਂ ਨੇ, ਤੇ ਛੱਡ ਪਰੇ ਕੀ ਰੱਖਣਾ, ਸਵੇਰੇ ਰੱਖ ਲਾਂਗੇ। ਚਾਲ ਕੱਟੇ ਹੋ ਗਏ, ਰਿੱਝਿਆ ਨੀ ਔਕਣ ਸਾਗ ਇੰਨੇ ਵੀ ਆਏ ਜਿਵੇਂ ਛੇਤੀ ਦਿਨ ਰਿੱਝ ਜਾਂਦਾ। ਅਕਤੂਬਰ ਤਾਂ ਖਤਮ ਹੋ ਗਈ, ਅਕਤੂਬਰ ਅੱਜ ਕਿੰਨਾ ਹੋ ਗਿਆ, 14 ਅਕਤੂਬਰ ਹੋ ਗਿਆ, ਹੁਣ ਤਾਂ ਸਾਗ ਦੀ ਤਾਂ ਰੁੱਤ ਹੈ। ਮੰਮੀ ਤੁਹਾਡੇ ਮੇਜ਼ ਕੋਲੇ ਕੀ ਮਾਰੀ, ਵਧੀਆ ਖੇਡ ਕੇ ਆਇਓ, ਗੁੱਡ ਗੁੱਡ ਖੇਡਿਓ। ਕੱਲ ਨੂੰ ਯਾਰ ਦੇ ਸਕੂਲੇ ਆ ਥਲੀਟ ਆ, ਘਰੇ ਹੀ ਰੱਖ ਦੋ। ਥੱਕ ਗਈ ਮੈਂ ਤਾਂ ਬਸ, ਤੂੰ ਯਾਰ ਇੰਨੇ ਮੂੰਹ 'ਚ ਕੱਪੜੇ ਪਾਉਂਦਾ, ਇੰਨੀਆਂ ਗੰਦੀਆਂ, ਇੰਨੀਆਂ ਸਾਰੇ ਦੁਨੀਆਂ ਦਾ ਭੈੜੀਆਂ ਬੈਡ ਬੈਡ ਹੈਬਿਟਾਂ 'ਚ ਹਾਲਤ ਨੇ। ਚੱਲ ਲੈ ਚੱਕ, ਇਹਨੂੰ ਫੋਨ ਚਾਹੀਦਾ, ਚੱਲ ਲੈ ਜਾ।